खेतीबाड़ी दे नाल नाल हुण किसान डेयरी फार्मिंग वर्गे सहायक किते भी कर रहे ने, जिसके चलते छोटे किसानों नूं मूव फार्म प्रभात अते हिंदुस्तान यूनिलीवर कंपनी वालों नवी तकनीक अते डॉक्टरी सहायता मुफ्त च मुहैया करवाई जा रही है, ताकि छोटे किसान भी डेयरी फार्मिंग का किता करके वड्डा मुनाफा कमा सकन। आओ सुनते हाँ की है मूव फार्म प्रभात की नवी तकनीक। ਕੀ ਨਾਮ ਹੈ ਤੁਹਾਡਾ? ਨਾਮ ਪ੍ਰਦੀਪ ਸਿੰਘ ਸਰ। ਕੀ ਕੰਮ ਹੈ? ਕੰਮ ਖੇਤੀਬਾੜੀ ਜੀ। ਕਿਸ ਤਰ੍ਹਾਂ ਦੇਖਦੇ ਹੋ, ਕਦੋਂ ਤੋਂ ਖੇਤੀਬਾੜੀ ਕਰ ਰਹੇ ਹੋ ਤੇ ਹੁਣ ਕੀ ਕਰ? ਖੇਤੀਬਾੜੀ ਤਾਂ ਪੁਰਾਣੇ ਬਜ਼ੁਰਗਾਂ ਦੀ ਕਰ ਰਹੇ ਨੇ, ਤੇ ਪਸ਼ੂ ਅੱਗੇ ਇੱਕ ਦੋ ਰੱਖਦੇ ਸੀ ਆਪਣੇ ਘਰ ਲਈ, ਤੇ ਵੀ ਇੰਨਾ ਜ਼ਿਆਦਾ ਨਹੀਂ ਸੀਗਾ, ਤੇ ਜਦ ਤੋਂ ਇਹ ਕੰਪਨੀਆਂ ਪਿੰਡਾਂ ਦੇ ਵਿੱਚ ਆਉਣ ਲੱਗੀਆਂ ਨੇ, ਜਦ ਤੋਂ ਅਸੀਂ ਡੰਗਰ ਵੀ ਸਹਾਇਕ ਧੰਦਿਆਂ ਨੂੰ ਵਧਾਇਆ। ਕਿਸ ਤਰ੍ਹਾਂ ਦੇਖਦੇ ਹੋ ਡੈਰੀ ਫਾਰਮਿੰਗ? ਡੈਰੀ ਫਾਰਮਿੰਗ ਮੈਨੂੰ ਜੀ ਬਹੁਤ ਵਧੀਆ, ਜਦ ਤੋਂ ਜਿਵੇਂ ਇਹ ਕੰਪਨੀ ਆਈਆਂ ਨੇ, ਜਦ ਤੋਂ ਮੂਵ ਫਾਰਮ ਐਪ ਹੈਗਾ ਇੱਕ ਪ੍ਰਭਾਤ ਹਿੰਦੁਸਤਾਨ ਯੂਨੀਲੀਵਰ, ਜਦ ਤੋਂ ਇਹ ਆਏ ਨੇ ਉਦੋਂ ਤੋਂ ਰੁਝਾਨ ਸਹਾਇਕ ਧੰਦੇ ਵੱਲ ਜ਼ਿਆਦਾ ਵਧਿਆ। ਉਹਦਾ ਕਾਰਨ ਇਹ ਹੈ ਵੀ ਜਿਵੇਂ ਅੱਗੇ ਹੀਟ ਦੀ ਪ੍ਰੋਬਲਮ ਸੀਗੀ, ਰਿਪੀਟਿੰਗ ਹੋਈ ਜਾਂਦੇ ਸੀ ਪਸ਼ੂ, ਅਤੇ ਡਾਕਟਰ ਬੁਲਾਉਂਦੇ ਸੀਗੇ, ਅਦਰਵਾਈਜ਼ ਤਾਂ ਡਾਕਟਰ ਪਹੁੰਚਦਾ ਨਹੀਂ ਸੀ, ਜੇ ਪਹੁੰਚਦਾ ਸੀਗਾ ਜ਼ਿਆਦਾ ਕੋਸਟ ਸੀਗੀ। ਇੱਥੇ ਡਾਕਟਰ ਹਰ ਮੰਥ ਆਏ ਜਾਂਦੇ ਨੇ, ਅਤੇ ਜੇ ਨਹੀਂ ਵੀ ਡਾਕਟਰ ਆਉਂਦਾ ਤੁਸੀਂ ਐਪ 'ਤੇ ਕਨਫਰਮ ਕਰ ਲਓ, ਫ੍ਰੀ ਆਫ ਕੋਸਟ ਹੈ ਸਾਰਾ, ਕੋਈ ਜ਼ਿਆਦਾ ਖਰਚਾ ਨਹੀਂ ਹੈ। ਜਿੱਦਾਂ ਇਹ ਡੰਗਰ ਸੀ ਪਹਿਲਾਂ ਦੁੱਧ ਘੱਟ ਦਿੰਦੀਆਂ ਸੀ, ਜਦ ਤੋਂ ਇਹ ਆਉਣ ਲੱਗੇ ਇਹਨਾਂ ਨੇ ਸਾਨੂੰ ਦੱਸਿਆ ਵੀ ਇਹ ਇਹਨਾਂ ਨੂੰ ਇਹ ਫੀਡ ਪਾਓ, ਇਹ ਪਾਓ, ਜਦ ਤੋਂ ਦੁੱਧ ਦਾ ਰਿਜ਼ਲਟ ਜ਼ਿਆਦਾ ਇਹਨਾਂ ਦਾ। ਕਿਸ ਤਰ੍ਹਾਂ ਕੰਪਨੀਆਂ ਨੇ ਮਤਲਬ ਕੀ ਤਕਨੀਕਾਂ ਵਾ ਕੰਪਨੀਆਂ ਕੋਲੋਂ ਜਿਹੜੀਆਂ ਮਤਲਬ ਕਿ ਡੈਰੀ ਫਾਰਮਿੰਗ ਨੂੰ ਵਧਾ ਰਹੀਆਂ? ਕੰਪਨੀਆਂ ਕੋਲ ਜੀ ਡਾਕਟਰ ਨੇ ਐਜੂਕੇਟਡ, ਤੁਸੀਂ ਉਹਨਾਂ ਦੇ ਐਪ 'ਤੇ ਜਾਓ, ਹਰ ਇੱਕ ਚੀਜ਼ ਦਾ ਹੱਲ ਦੱਸਦੇ ਨੇ, ਅਤੇ ਅਦਰਵਾਈਜ਼ ਉਹ ਘਰ ਹੀ ਆ ਜਾਂਦੇ ਨੇ, ਅਤੇ ਆ ਕੇ ਤੁਹਾਨੂੰ ਪੁੱਛਦੇ ਨੇ ਵੀ ਤੁਹਾਨੂੰ ਕੋਈ ਪ੍ਰੋਬਲਮ ਆ, ਕੀ ਦਿੱਕਤ ਆ। ਇੱਦਾਂ ਜੀ ਕੀ ਲੱਗਦਾ ਕਿ ਹਾਂ ਵੀ ਜਿਹੜੇ ਵੱਡੇ ਡੈਰੀ ਫਾਰਮਰ ਆ ਉਹ ਉਹ ਤਾਂ ਆਪਣਾ ਮਤਲਬ ਕਿ ਜੋ ਉਹਨਾਂ ਨੂੰ ਪ੍ਰੋਬਲਮ ਆਉਂਦੀ ਉਹ ਹੱਲ ਕਰਾ ਸਕਦੇ ਨੇ, ਛੋਟੇ ਕਿਸਾਨਾਂ ਨੂੰ ਕਿਸ ਤਰ੍ਹਾਂ ਕੰਪਨੀਆਂ? ਹਾਂ, ਇਹ ਮੈਂ ਛੋਟੇ ਕਿਸਾਨਾਂ ਨੂੰ ਕਹਿਣਾ ਚਾਹੂੰਗਾ ਜੀ, ਮੈਨੂੰ ਵੱਡੇ ਫਾਰਮ ਨੇ ਉਹਨਾਂ ਕੋਲ ਤਾਂ ਸਲਿਊਸ਼ਨ ਹੁੰਦਾ ਹੀ ਆ, ਆਪਦਾ ਪਹਿਲਾਂ ਕੀਤਾ ਹੋਇਆ, ਜਿਹਦੇ ਕੋਲ ਇੱਕ ਦੋ ਡੰਗਰ ਨੇ ਜਾਂ ਦੋ ਤੋਂ ਜ਼ਿਆਦਾ ਨੇਗੇ, ਉਹਨਾਂ ਨੂੰ ਦਿੱਕਤ ਆਉਂਦੀ ਹੈ, ਉਹ ਇਹਨਾਂ ਐਪਾਂ ਦੇ ਨਾਲ ਜੁੜਨ ਅਤੇ ਕੰਪਨੀਆਂ ਦੇ ਨਾਲ ਜੁੜਨ ਅਤੇ ਆਪਦਾ ਫਾਇਦਾ ਲੈਣ। ਅਤੇ ਕਿੰਨਾ ਕੁ ਪਸ਼ੂ ਦੇ ਦੁੱਧ ਦੇ ਵਿੱਚ ਵੀ ਕਿੰਨਾ ਕੁ ਫਰਕ ਆਇਆ ਵਾ, ਕਿ ਇਹਨਾਂ ਵੱਲੋਂ ਕੀ ਤਕਨੀਕ ਦੱਸੀ? ਤਕਨੀਕ ਜੀ, ਸਪੋਜ਼ ਕਰੋ ਉਹਨਾਂ ਡੰਗਰ ਸੀਗੇ ਪਹਿਲਾਂ ਰੈਗੂਲਰ ਨੋਰਮਲ ਦੁੱਧ ਦਿੰਦੇ ਸੀਗੇ, ਜਦ ਤੋਂ ਇਹ ਜੁੜੇ ਨੇ ਇਹਨਾਂ ਸਾਨੂੰ ਦੱਸਿਆ ਵੀ ਇਹਨਾਂ ਨੂੰ ਆਹ ਚੀਜ਼ ਪਾਓ, ਆਹ ਫੀਡ ਪਾਓ, ਉਦੋਂ ਤਾਂ ਫਿਰ ਦੁੱਧ ਦੇ ਵਿੱਚ ਜ਼ਿਆਦਾ ਵਾਧਾ ਆਇਆ ਅਤੇ ਸਾਨੂੰ ਮੁਨਾਫਾ ਵੀ ਜ਼ਿਆਦਾ ਹੋ ਰਿਹਾ, ਅਤੇ ਡਾਕਟਰਾਂ ਦਾ ਕੋਈ ਕੋਸਟ ਹੈ ਨਹੀਂ ਗੇ, ਉਹ ਬਿਲਕੁਲ ਫਰੀ ਆਫ ਕੋਸਟ ਆ। ਤਾਂ ਲੱਗਦਾ ਕਿ ਹਾਂ ਵੀ ਕੰਪਨੀਆਂ ਜਿਹੜੀਆਂ ਵਾ ਕਿਸਾਨਾਂ ਨੂੰ ਕਾਫੀ ਜਿੱਥੇ ਤਕਨੀਕ ਦੇ ਪਹੁੰਚਾ ਰਹੀਆਂ ਉੱਥੇ ਫਾਇਦਾ ਵੀ ਪਹੁੰਚਾ ਰਹੀਆਂ, ਕਿਸਾਨਾਂ ਨੂੰ ਕਾਫੀ ਫਾਇਦਾ ਹੋ ਰਿਹਾ। ਹਾਂਜੀ ਹਾਂ, ਬਿਲਕੁਲ ਫਾਇਦਾ ਹੋ ਰਿਹਾ। ਕਹਿਣਾ ਚਾਹੂੰਗਾ ਮੈਂ ਛੋਟੇ ਕਿਸਾਨਾਂ ਨੂੰ ਵੀ, ਤੁਸੀਂ ਇਹਨਾਂ ਕੰਪਨੀਆਂ ਦੇ ਨਾਲ ਜੁੜੋ ਅਤੇ ਸਹਾਇਕ ਧੰਦੇ ਨੂੰ। ਇਹਨਾਂ ਦੇ ਨਾਂ ਨੇ ਇੱਕ ਤਾਂ ਹਿੰਦੁਸਤਾਨ ਯੂਨੀਲੀਵਰ, ਪ੍ਰਭਾਤ, ਮੂਵ ਫਾਰਮ ਐਪ ਹੈ ਜੀ। ਬਸ ਕੀ ਕਹਿਣਾ ਚਾਹੁੰਦੇ ਕਿਸਾਨਾਂ? ਕਿਸਾਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਜੁੜੋ ਇਹਨਾਂ ਕੰਪਨੀਆਂ ਨਾਲ, ਜੁੜੋਗੇ ਤੁਹਾਨੂੰ ਫਾਇਦਾ ਮਿਲੇਗਾ, ਫਾਇਦਾ ਵੀ ਫ੍ਰੀ ਆਫ ਕੋਸਟ ਮਿਲੇਗਾ, ਕੋਈ ਚਾਰਜ ਨਹੀਂ ਆਉਂਦੇ। ਇਹ ਆ।